ਸਾਡੇ ਕੋਲ ਅਨਾਉਂਸਮੈਂਟ ਕਰਵਾਇਆ ਹੈ। ਦੂਜੀ ਮੈਂ ਗੱਲ ਕਰ ਰਿਹਾ ਸੀ ਸੋਨੂ ਬਲ ਜੀ, ਸੋਨੂ ਬਲ ਜੀ ਉਹਨਾਂ ਦਾ ਜੋ ਸਿੰਘ ਜਿਹੜਾ ਹੁੰਦਾ ਹੈ ਆਉਣ ਵਾਲੀ 7 ਤਰੀਕ ਨੂੰ ਹੈ। ਬੱਲੇ ਸੱਤੇ ਪੱਤੇ ਉਹਨਾਂ ਵੱਲੋਂ ਦਿੱਤੇ ਜਾ ਰਹੇ ਹਨ ਸਾਰੇ ਦਸਤਕ ਵੀਰਾਂ ਨੂੰ, ਪਹਿਲਵਾਨ ਵੀਰਾਂ ਨੂੰ। ਹਲੀ ਪਹਿਲਵਾਨ ਜੀ ਆਓ ਮੇਰਾ ਖੜਾ ਪਾਸ਼ਾ ਦੇ ਵਿੱਚ, ਹਲੀ ਪਹਿਲਵਾਨ, ਹਲੀ ਪਹਿਲਵਾਨ ਜੀ ਖੜਾ ਪਾਸ਼ਾ ਦੇ ਵਿੱਚ ਆਓ। ਹਲੀ ਤੇ ਕਾਲੂ ਮਕੇਸ਼ ਪਹਿਲਵਾਨ ਜੀ ਤੁਹਾਡੀ ਹੱਥ ਜੋੜੀ ਕਰਾਉਣੀ ਹੈ, ਫਿਰ ਆਪਾਂ ਗੇੜਾ ਲਾਉਣਾ ਹੈ। ਮਕੇਸ਼ ਪਹਿਲਵਾਨ ਕੋਹਾਲੀ ਦੇ ਰੇਜ਼ਾ ਇਰਾਨ, ਇਹ ਦੋਨੋਂ ਪਹਿਲਵਾਨ ਖੜਾ ਪਾਸ਼ਾ ਜਾਣਗੇ। ਮਾਨੀ ਰੇਜ਼ਾ ਇਰਾਨ ਆ, ਫਿਰ ਬੱਬੂ ਫਰਾਗਪੁਰੀਆ ਖੜਾ ਪਾਸ਼ਾ ਦੇ ਵਿੱਚ ਤੇ ਸਲਾਮੀ ਆ। ਨਾ ਹੱਥ ਜੋੜੀ ਵੀ ਕਰਨੀ ਹੈ ਛੋਟਾ ਖਲੀ, ਠੀਕ ਆ ਪਹਿਲਵਾਨ ਜੀ ਆ ਜਾਓ ਤੇਰਾ ਖੜਾ ਪਾਸ਼ਾ ਦੇ ਵਿੱਚ। ਹੈਪੀ ਨਕੋਦਰ, ਹੈਪੀ ਪਹਿਲਵਾਨ ਨਕੋਦਰ, ਉਹ ਮੁਕੇਸ਼ ਨੂੰ ਮਾਰੀ ਬਾਜ ਕਰਾ। ਮੁਕੇਸ਼ ਪਹਿਲਵਾਨ ਜੀ ਆ ਜਾਓ ਤੇਰਾ ਖੜਾ ਪਾਸ਼ਾ ਦੇ ਵਿੱਚ। ਹੈਪੀ ਨਕੋਦਰ ਦੇ ਨਾਲ ਕੁਸ਼ਤੀ ਹੈ ਪਹਿਲਵਾਨ ਜੀ। ਬੱਬੂ ਜੀ ਗਿਣ ਕੇ 5 ਮਿੰਟ ਹੈ ਤੁਹਾਡੇ ਕੋਲ, ਰੈਡੀ ਹੋ ਜਾਈਏ। ਬਾਬੂ ਫਰਾਗਪੁਰੀ ਦੀ ਹੈਪੀ ਨਕੋਦਰ ਦੇ ਨਾਲ ਕੁਸ਼ਤੀ ਜਿਹੜੀ ਸੈੱਟ ਕੀਤੀ ਹੈ ਗੁਰਤਾਜ ਜਨਾਲਾ ਨੂਰ ਮੁੱਲਾਪੁਰ, ਗੁਰਤਾਜ ਤੇ ਨੂਰ ਮੁੱਲਾਪੁਰ ਆ ਜਾਓ ਤੇਰਾ ਖੜਾ ਪਾਸ਼ਾ ਦੇ ਵਿੱਚ। ਸ਼ਾਕਰ ਨੂਰ ਆ ਕੇ ਰੱਖਣਾ ਪਾਸ਼ਾ ਦੇ ਵਿੱਚ। ਗੁਰਤਾਜ ਜਨਾਲਾ ਕਿਹੜਾ ਬਈ, ਗੁਰਤਾਜ ਪਹਿਲਵਾਨ ਜਨਾਲਾ ਆਓ ਸਾਹਮਣੇ ਕੁਸ਼ਤੀ ਸਟਾਰਟ ਕਰਾ ਦਿਓ। ਦੋਨੇ ਪਹਿਲਵਾਨ ਆ ਗਏ, ਨੂਰ ਤੇ ਗੁਰਤਾਜ ਆ ਸਾਹਮਣੇ ਆ ਬਈ। ਸ਼ਾਕਰ ਨੂਰ, ਸ਼ਾਕਰ ਨੂਰ ਪਹਿਲਵਾਨ ਜੀ ਅਖੜਾ ਪਾਸ਼ਾ ਦੇ ਵਿੱਚ ਆ ਜਾਓ। ਸ਼ਾਕਰ ਨੂਰ ਇਹ ਜਿਹੜੀ ਕੁਸ਼ਤੀ ਗੁਰਦਿਆਲ ਸਿੰਘ ਜੀ ਚੱਲ ਰਹੀ ਆ, ਗੁਰਦਿਆਲ ਸਿੰਘ ਜੀ ਇੱਕ ਮਿੰਟ ਵਿੱਚ ਕਿਉਂਕਿ ਹੋਰ ਕੁਸ਼ਤੀਆਂ ਅਸੀਂ ਕਰਾਉਣੀਆਂ ਨੇ। ਤੁਹਾਨੂੰ ਪਹਿਲਾਂ ਵੀ ਕਿਹਾ ਕਿ ਇਹ ਕੁਸ਼ਤੀ ਜਿਹੜੀ ਹੈ ਫਾਈਨਲ ਹੋ ਗਈ ਆ, ਬਰਾਬਰ ਕੁਸ਼ਤੀ ਤੁਹਾਡੀ ਛਡਾਉਣੀ ਸੀ। ਦੇਖ ਲਓ 2 ਮਿੰਟ, ਫਿਰ ਕੋਈ ਗੱਲ ਨਹੀਂ, ਦੇਖ ਲਓ 2 ਮਿੰਟ ਨੂੰ, ਦੇਖ ਲਓ ਦੇਖ ਲਓ। ਸਰਵਣ ਬਾਲਾ ਜੀ ਆਓ ਕਿਹੜਾ ਖੜਾ ਪਾਸ਼ਾ ਦੇ ਵਿੱਚ। ਸਰਵਣ ਸਰਵਣ ਤੇ ਸ਼ਾਕਰ ਨੂਰ, ਵਾਹ, ਸਿਰੇ ਦੀ ਕੁਸ਼ਤੀ ਤੇ ਸਿਰੇ ਦੀਆਂ ਬਾਤਾਂ ਹੈ ਸਰਵਣ ਤੇ ਸ਼ਾਕਰ ਨੂਰ ਦੇ ਵਿਚਕਾਰ, ਵਾਹ। ਹਾਂ ਸੋ ਨਗਰ ਵੱਲੋਂ, ਪ੍ਰਬੰਧਕ ਕਮੇਟੀ ਵੱਲੋਂ ਅਸੀਂ ਸਾਰੇ ਹੀ ਪਹਿਲਵਾਨਾਂ ਦਾ ਧੰਨਵਾਦ ਕਰਦੇ ਹਾਂ। ਪਰ ਪਹਿਲਵਾਨਾਂ ਨੂੰ ਵੀ ਬੇਨਤੀ ਹੈ ਕਿ ਜਦੋਂ ਕੋਈ ਰੈਫਰੀ ਕਹਿੰਦਾ ਹੈ ਕਿ ਟਾਈਮ ਹੋ ਚੁੱਕਿਆ ਹੈ, ਕੁਸ਼ਤੀ ਹੋ ਚੁੱਕੀ ਹੈ, ਕੁਸ਼ਤੀ ਦਾ ਸਮਾਂ ਹੋ ਗਿਆ ਹੈ। ਬਾਬਾ ਜੀ ਇੱਕ ਮਿੰਟ ਦਿਓ, ਆ ਬਈ ਰੇਜ਼ਾ ਰਾਨੀ ਇੱਧਰ ਆ ਜਾਓ, ਮੁਕੇਸ਼ ਕਹਾਲੀ ਥੋੜੇ ਵਿੱਚੋਂ ਥੋੜਾ ਬਹੁਤੇ ਵਿੱਚੋਂ ਬਹੁਤਾ ਸਾਰੇ ਵੀਰਾਂ ਨੇ ਸਨਮਾਨ ਜਿਹੜਾ ਕਰਨਾ ਹੈ। ਰੇਜ਼ਾ ਰਾਨੀ ਪਲੀਜ਼ ਕਮ ਇਨ ਫੇਸ ਸਾਈਡ। ਗੇੜੀ ਲਾ ਲਓ ਪਹਿਲਵਾਨ ਜੀ, ਇਸ ਤਰ੍ਹਾਂ ਗੇੜੀ ਲਾ ਲਓ। ਮੈਂ ਵੀ ਖਲੀ ਠੀਕੇ ਵਾਲਿਆ ਆ ਕੇ ਰੱਖਣਾ ਪਾਸ਼ਾ ਦੇ ਵਿੱਚ ਜਲਦੀ ਦੇ ਨਾਲ। ਬਾਕੀ ਸਿਰੇ ਦੀ ਕੁਸ਼ਤੀ ਜਿਹੜੀ ਹੁਣ ਜਾ ਰਹੀ ਹੈ। ਸੋ ਦਰਸ਼ਕ ਵੀਰੋ ਇੱਕ ਬੇਨਤੀ ਹੈ ਕਿ ਜੋ ਵੱਡੀ ਮੱਲ ਦੇ ਮੱਲ ਨੇ ਜਿਨ੍ਹਾਂ ਦੀ ਕੁਸ਼ਤੀ ਝੰਡੀ ਦੀ ਕੁਸ਼ਤੀ ਹੈ, ਉਹ ਇੱਕ ਗੇੜਾ ਸਾਰੇ ਗਰਾਊਂਡ ਵਿੱਚ ਲਾਉਣਗੇ। ਸੋ ਦਰਸ਼ਕਾਂ ਨੂੰ ਬੇਨਤੀ ਹੈ ਕਿ ਆਪੋ ਆਪਣੀ ਕਿਰਤ ਕਮਾਈ ਵਿੱਚੋਂ ਸਾਰਿਆਂ ਨੇ ਪਹਿਲਵਾਨੀ ਨੂੰ ਨਮਸਕਾਰ ਕਰਦੇ ਹੋਏ, ਪਹਿਲਵਾਨੀ ਜਾਂ ਪਹਿਲਵਾਨ ਬੰਦਾ ਕੋਈ ਸੌਖੀ ਗੱਲ ਨਹੀਂ, ਬੜੀਆਂ ਮਿਹਨਤਾਂ ਕਰਨੀਆਂ ਪੈਂਦੀਆਂ ਨੇ, ਰਾਤ ਸਵੇਰੇ 2:30-3 ਵਜੇ ਜਾਗਣਾ ਪੈਂਦਾ ਹੈ। ਵਾਹ ਜੀ ਵਾਹ, ਕੰਨੂ ਪਹਿਲਵਾਨ ਜੀ ਆ ਜਾਓ ਕਿਰਾ, ਵਾਹ ਜੀ ਵਾਹ, ਕੰਨੂ ਘੋ ਪਿੰਡ ਵਾਲਾ, ਵਾਹ ਜੱਗੂ ਬਿਆਨਪੁਰ, ਕੰਨੂ ਘੋ ਤੇ ਜੱਗੂ ਬਿਆਨਪੁਰ ਯਾਰ ਆਓ ਸਾਹਮਣੇ, ਨੀਲੀ ਪਾਕੜਾ ਸਾਡਾ ਵੀਰ ਬੈਠਾ ਉਹ ਤੋਂ ਪਰਚੀ ਜਿਹੜੀ ਲੈ ਲਓ। ਕੰਨੂ ਘੋ ਤੇ ਜੱਗੂ ਬਿਆਨਪੁਰ ਆ ਜਾਓ ਕਿਰਾ ਖੜਾ ਪਾਸ਼ਾ ਦੇ। ਆਓ ਕਿਰਾ ਆਓ ਪਹਿਲਵਾਨ ਜੀ ਖੜਾ ਪਾਸ਼ਾ ਦੇ ਵਿੱਚ ਜਲਦੀ ਦੇ ਨਾਲ, ਖਾਲੀ ਪਹਿਲਵਾਨ ਜੀ ਆ ਜਾਓ ਕਿਰਾ ਖੜਾ ਪਾਸ਼ਾ ਦੇ ਵਿੱਚ ਜਲਦੀ। ਬੇਨਤੀ ਕਰ ਰਿਹਾ ਸੀ ਕਿ ਜੋ ਮਾਲੀ ਦੇ ਮੱਲ ਨੇ ਉਹ ਅਖਾੜੇ ਵਿੱਚ ਚੱਕਰ ਲਗਾਉਣਗੇ। ਅਸੀਂ ਯੂਟਿਊਬ ਦੇ ਵਿੱਚ ਦੇਖਦੇ ਹਾਂ ਕਿ ਜਦੋਂ ਵੱਡੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਚੱਲਦੀਆਂ ਨੇ, ਜਿੱਥੇ ਉਹਨਾਂ ਨੂੰ ਇਨਾਮ ਦਿੱਤਾ ਜਾਂਦਾ ਹੈ ਦੰਗਲ ਕਮੇਟੀ ਵੱਲੋਂ, ਉਦੋਂ ਬਾਹਰੋਂ ਦਰਸ਼ਕਾਂ ਵੱਲੋਂ ਉਹਨਾਂ ਨੂੰ ਸਵਾ ਨਹੀਂ ਹਜ਼ਾਰਾਂ ਦੇ ਵਿੱਚ ਜਿਹੜੇ ਪੈਸੇ ਉਹ ਲੱਗ ਜਾਂਦੇ ਹਨ। ਸੋ ਕੁਸ਼ਤੀ ਚੱਲ
ਕਮਾਈ ਨੂੰ ਸਫਲਾ ਕਰਨਾ ਹੈ ਤੇ ਇਹਨਾਂ ਦਾ ਨਾਮ ਸਤਕਾਰ ਕਰਨਾ ਹੈ ਜੀ। ਵਾਹ ਜੀ ਵਾਹ, ਸਿਰੇ ਦੀ ਕੁਸ਼ਤੀ ਹੈ ਇੱਕ ਪਾਸੇ ਸੋਧੂ ਬਿਆਨਪੁਰ ਦੀ ਧਰਤੀ ਹੈ ਤੇ ਦੂਸਰੇ ਪਾਸੇ ਆਹ ਜੇ ਗੱਲ ਕਰੀਏ ਜੱਗਾ ਅਜਨਾਲਾ ਪਹਿਲਵਾਨ ਜੀ ਆ ਜਾਓ ਕਰਾ ਖੜਾ ਪਾਸ਼ਾ ਦੇ ਵਿੱਚ ਜੱਗਾ ਅਜਨਾਲਾ ਹਾਂਜੀ ਖੁੱਲੀ ਪਹਿਲਵਾਨ ਜੀਤਾ ਤੇ ਕਾਲੂ ਪਹਿਲਵਾਨ ਕਰੋ ਕੁਸ਼ਤੀ ਸਰ ਸੋਹਰ ਹੈਪੀ ਹਮੀਰਪੁਰ ਜੱਗਾ ਅਜਨਾਲਾ ਜੱਗੇ ਆ ਕੇ ਖੜਾ ਪਾਸ਼ਾ ਦੇ ਵਿੱਚ ਜਲਦੀ ਦੇ ਹੈਪੀ ਆ ਕੇ ਗੱਭਰੂ ਖੜਾ ਪਾਸ਼ਾ ਦੇ ਵਿੱਚ ਜਲਦੀ ਅੰਦਰ ਆਓ ਬਹੁਤ ਹੀ ਪਿਆਰੀ ਕੁਸ਼ਤੀ ਗਿਣ ਕੇ 5 ਮਿੰਟ ਤੁਹਾਡੇ ਕੋਲ ਹੈ ਜਲਦੀ ਨਾਲ ਪਹੁੰਚਣਗੇ ਮੋਹਿਤ ਦਿੱਲੀ ਪ੍ਰਦੀਪ ਮੋਲਾ ਮੋਹਿਤ ਦਿੱਲੀ ਤੇ ਪ੍ਰਦੀਪ ਮੋਲਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸਵਰਨ ਸਿੰਘ ਕਿਆ ਇਹਨਾਂ ਦਾ ਸਾਡੀ ਪ੍ਰਬੰਧਕ ਕਮੇਟੀ ਨੂੰ ਬੜਾ ਵੱਡਾ ਯੋਗਦਾਨ ਰਹਿੰਦਾ ਹੈ ਪਹਿਲਵਾਨ ਅੰਦਰ ਆ ਜਾਓ ਹਰ ਸੰਗਰਾਂਦਾਂ ਤੇ ਜਾਂ ਫਿਰ ਸਲਾਣਾ ਜੋਨ ਮੇਲੇ ਵਿੱਚ ਇਹਨਾਂ ਦਾ ਵੱਡਾ ਯੋਗਦਾਨ ਰਹਿੰਦਾ ਹੈ ਅੰਦਰ ਆ ਜਾਓ ਆਪਣੀ ਬੰਦੀ ਜੋੜ ਵੀ ਦਿੱਤੀ ਹੈ ਉੱਥੇ ਉਹਨਾਂ ਨੇ ਸਪੁੱਤਰ ਜਿਹੜੇ ਫੌਜੀ ਹਨ ਪ੍ਰਤੀਕ ਸਿੰਘ ਜੀ ਅਮਰੀਕ ਸਿੰਘ ਜੀ ਉਹਨਾਂ ਨੇ ਵੀ ਵੱਡਾ ਮਾਣ ਸਤਿਕਾਰ ਜਿਹੜਾ ਹੈ ਉਹ ਪ੍ਰਬੰਧਕ ਕਮੇਟੀ ਵਾਸਤੇ ਦਿੱਤਾ ਹੈ ਸੋ ਅਮਰੀਕ ਸਿੰਘ ਦਾ ਬਹੁਤ ਬਹੁਤ ਧੰਨਵਾਦ ਹੋਰ ਇੱਕ ਵੀ ਹਾਂ ਜੀ ਬਿੱਟੂ ਜੀ ਖਲਕੀ ਜਾਣੀ ਤੋਂ ਇਹ ਫਕੀਰ ਉਹਨਾਂ ਵੱਲੋਂ ਵੀ ਮਾਣ ਆਇਆ ਹੈ ਸੋ ਬਿੱਟੂ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤਨੂ ਕੋ ਤੇ ਜੱਗਾ ਅਜਨਾਲਾ ਜੱਗੂ ਬਿਆਨਪੁਰ ਕੰਨੂ ਭੋ ਤੇ ਜੱਗੂ ਬਿਆਨਪੁਰ ਪਹਿਲਵਾਨ ਜੀ ਆ ਜਾਓ ਕਿਰਾ ਖਾੜਾ ਪਾਸ਼ਾ ਉਧਰ ਸਾਡੇ ਉਸਤਾਦ ਦੀ ਬਾਗ ਬੈਠੇ ਆ ਸੋਨੂੰ ਪਹਿਲਵਾਨ ਜਿੱਤਿਆ ਤੇ ਮਾਣ ਬੜਿਆ ਇਹ ਵੀ ਸੋਨੂਆ ਤਾਂ 100 ਰੁਪਏ ਮੇਰੇ ਕੋਲ ਫੜ ਕੇ ਲੈ ਜੀ ਤੇਰੇ ਉੱਤੇ ਮਾਣ ਦੀ ਨਾ ਪੁੱਜਿਆ ਸੋਨੂੰ ਪਹਿਲਵਾਨ ਹਾਂਜੀ ਹਾਂਜੀ ਪਹਿਲਵਾਨਾਂ ਦੇ ਨਾਂ ਤੇ ਭਾਈ ਫੇਰ ਹੈ ਲੱਗ ਪਈ ਹੈ ਪਹਿਲਵਾਨਾਂ ਦੇ ਨਾਂ ਤੇ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਜਿਹੜੇ ਚੋਟੀ ਦੇ ਮੱਲ ਨੇ ਉਹਨਾਂ ਦੇ ਨਾਂ ਤੇ ਜੋ ਦਰਸ਼ਕ ਹੁੰਦੇ ਨੇ ਜੋ ਉਹਨਾਂ ਦੇ ਫੈਨ ਹੁੰਦੇ ਨੇ ਉਹ ਹਜ਼ਾਰਾਂ ਦੇ ਵਿੱਚ ਜਿਹੜੀ ਮਾਇਆ ਹੈ ਉਹ ਪਹਿਲਵਾਨਾਂ ਦੇ ਨਾਂ ਤੇ ਲਾ ਦਿੰਦੇ ਹਨ ਸੋ ਹੁਣ ਵੀ ਅਖਾੜੇ ਵਿੱਚ ਪਹਿਲਵਾਨ ਦੇ ਨਾਂ ਤੇ ਮਾਇਆ ਆਈ ਹੈ ਜੀ ਸੋ ਧੰਨਵਾਦ ਸਾਰਿਆਂ ਦਾ ਜੀ ਸੋ ਧਿਰਾਂ ਨੂੰ ਬੇਨਤੀ ਹੈ ਕਿ ਉਸੇ ਹੀ ਤਰ੍ਹਾਂ ਬਣੇ ਰਹੋ ਜਿੱਥੇ ਜਿੱਥੇ ਕੋਈ ਖੜਾ ਹੈ ਜਿੱਥੇ ਜਿੱਥੇ ਥਾਂ ਮਿਲੀ ਹੈ ਕੋਈ ਬੈਠਾ ਹੈ ਕੋਈ ਖੜਾ ਹੈ ਹੈ ਤੇ ਮੁਸ਼ਕਲ ਬਹੁਤ ਹੈ ਕਿਉਂਕਿ ਗਰਮੀ ਵੀ ਬਹੁਤ ਹੈ ਇਸ ਕਰਕੇ ਥੋੜੇ ਸਮੇਂ ਦੀ ਗੱਲ ਹੈ ਜੀ ਮੇਰਾ ਉਸਤਾਦ ਹੈ ਸੋਨੂ ਦਾ ਔਰ ਜਿਹਨੇ ਮਿਹਨਤ ਕਰਾਈ ਹੈ ਉਧਰ ਕੰਨੂ ਕੋ ਪਿੰਡ ਵਾਲਾ ਵੀ ਪੁੱਜ ਗਿਆ ਜਿਹਦੇ ਪਿੱਠ ਦੇ ਉੱਤੇ ਓਲੰਪਿਕ ਦੇ ਟੈਟੂ ਖੜਵਾਏ ਆ ਵਾਹ ਕੀ ਮੁੰਡਿਆਂ ਨੇ ਬੱਲੇ ਬੱਲੇ ਕਰਾਈ ਹੈ ਇੱਧਰ ਆਹ ਦੇਖੋ ਪਹਿਲਵਾਨ ਇੱਕ ਪਾਸੇ ਖਾਲੀ ਠੀਕਦਾ ਕਾਲੂ ਪਹਿਲਵਾਨ ਵਾਹ ਕੀ ਅਜਨਾਲੇ ਪਿੰਡ ਦੀ ਧਰਤੀ ਦਾ ਬੱਲੇ ਬੱਲੇ ਕਰਾਉਂਦਾ ਹੈ ਵਾਹ ਕੀ ਸਿਰੇ ਦਾ ਨਜ਼ਾਰਾ ਤੇ ਸਿਰੇ ਦੀਆਂ ਬਾਤਾਂ ਜੀਵੇ ਵਾਲਾ ਪਾਉਂਦਾ ਹੈ ਅੱਜ ਦੀਆਂ ਕੁਸ਼ਤੀਆਂ ਦੇ ਉੱਤੇ ਵੱਡਾ ਹੈ ਆਇਨ ਮਰ ਜਾਂਦਾ ਹੈ ਉੱਥੇ ਰਸ਼ੀਅਨ ਟੈਂਕ ਦਾ ਵੱਡਾ ਧੰਨਵਾਦ ਹੈ ਛੋਟੀ ਜੀ ਉਮਰ ਹੈ ਹਾਲੇ 20-21 ਸਾਲ ਉਮਰ ਹੈ ਪਰ ਨਾਮ ਜਿਹੜਾ ਬਹੁਤ ਵੱਡਾ ਹੈ ਵੱਡੇ ਮਾਨ ਸਨਮਾਨ ਵੀ ਜਿਹੜੇ ਪ੍ਰਬੰਧਕ ਕਮੇਟੀ ਨੂੰ ਕੋਈ ਚੱਕਰ ਨਹੀਂ ਹਾਰਾਂ ਜਿੱਤਾਂ ਚੱਲਦੀਆਂ ਰਹਿਣੀਆਂ ਜਲਦੀ ਕੁਸ਼ਤੀ ਫਿਰ ਭੜੇਗੀ ਸਮੇਂ ਦੀਆਂ ਬਾਤਾਂ ਹੋਣ ਗਿਆ ਬਾਕੀ ਉੱਧਰ ਕੰਨੂ ਕੋ ਪਿੰਡ ਵਾਲੇ ਦੀ ਕੁਸ਼ਤੀ ਚੱਲਣ ਲੱਗੀ ਹੈ ਤਾੜੀ ਮਾਰ ਦਿਓ ਇੱਕ ਵਾਰੀ 4 ਮਿੰਟ ਮੈਨੂੰ